ਅਸਲਾਮੁਅਲੈਕਮ ਮੇਰੇ ਭੈਣ ਤੇ ਭਰਾਓ, ਕੀ ਹਾਲ ਚਾਲ? ਉਮੀਦ ਕਰਦਾ ਠੀਕ ਹੋਵੋਗੇ ਅਤੇ ਮਜ਼ੇ ਕਰ ਰਹੇ ਹੋਵੋਗੇ। ਅੱਜ ਨਾ ਮੇਰੀ ਤਬੀਅਤ ਬਹੁਤ ਖਰਾਬ ਸੀ ਅਤੇ ਅੱਜ ਮੈਂ ਸੁੱਤਾ ਉੱਠਿਆ ਹੁਣੀ ਹੁਣੀ, ਅਤੇ ਮੈਂ ਕਿਹਾ ਚਲੋ ਕੋਈ ਟੋਪਿਕ ਵੀ ਨਹੀਂ ਹੈ, ਕੁਛ ਦਿਮਾਗ 'ਚ ਹੈ ਹੀ ਨਹੀਂ ਕੀ ਕਰਾਂ ਕੀ ਨਾ ਕਰਾਂ, ਅਤੇ ਮੈਂ ਕਿਹਾ ਚਲੋ ਅੱਜ ਆਪਣੇ ਬਾਰੇ ਦੱਸਦੇ ਹਾਂ। ਕਿਉਂਕਿ ਨਾ ਜਿਹੜੀ ਪਹਿਲੇ ਜੋ ਅਸੀਂ ਯੂਟਿਊਬ ਚੈਨਲ ਬਣਾਇਆ ਸੀ ਨਾ, ਸਭ ਤੋਂ ਪਹਿਲੇ ਜਿਹੜੀ ਵੀਡੀਓ ਬਣਾਈ ਸੀ ਉਹ ਸੀ ਸਾਡੇ ਚੈਨਲ ਦੇ, ਮੈਂ ਆਪਣਾ ਚੈਨਲ ਦਾ ਇੰਟਰੋਡਕਸ਼ਨ ਕਰਾਇਆ ਸੀ ਅਤੇ ਅੱਜ ਮੈਂ ਆਪਣਾ ਕਰਾਵਾਂਗਾ। ਅਤੇ ਅੱਜ ਵੇਖੋ ਮੈਂ ਉੱਠਿਆ ਵਾਂ, ਉਹ ਬਜਰ ਥੋੜ੍ਹੀ ਥੋੜ੍ਹੀ ਰੋਸ਼ਨੀ ਆ ਰਹੀ ਨਾ, ਉਹ ਵੇਖੋ ਧੁੱਪ ਥੋੜ੍ਹੀ ਥੋੜ੍ਹੀ, ਸੂਰਜ ਇਹਨੂੰ ਕਹਿੰਦੇ, ਤੁਹਾਨੂੰ ਵੀ ਪਤਾ ਹੈਗਾ, ਕਮੈਂਟ ਕਰਕੇ ਲਾਜ਼ਮੀ ਦੱਸੀਏ। ਅਤੇ ਮੈਂ ਆਪਣੀ ਰਾਏ ਦੱਸਣ ਦੇ ਇਹਨੂੰ ਸਨਸੈਟ ਕਹਿੰਦੇ ਨੇ, ਅਗਰ ਦਰੁਸਤ ਹੋਇਆ ਮੇਰਾ ਜਵਾਬ ਤਾਂ ਕਮੈਂਟ ਕਰੀਏ ਠੀਕ ਹੈ। ਅਤੇ ਨਾ ਅੱਜ ਮੈਂ ਆਪਣੇ ਬਾਰੇ ਦੱਸਾਂਗਾ, ਅਤੇ ਚਲੋ ਵਲੋਗ ਦੀ ਤਰਫ ਚੱਲਦੇ ਹਾਂ। ਵੀਡੀਓ ਵਲੋਗ ਦੀ ਤਰਫ ਜਾਣ ਤੋਂ ਪਹਿਲੇ ਮੈਂ ਉਹਨਾਂ ਭਰਾਵਾਂ ਨਾਲ ਗੁਜ਼ਾਰਿਸ਼ ਕਰਦਾ ਵਾਂ, ਜਿਨ੍ਹਾਂ ਭਰਾਵਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰਨ ਅਤੇ ਵੀਡੀਓ ਨੂੰ ਲਾਈਕ ਕਰੋ ਅਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਅਤੇ ਵੀਡੀਓ ਬਾਰੇ ਜੋ ਵੀ ਗੱਲ ਹੋਵੇ ਅੱਛੀ ਜਾਂ ਬੁਰੀ ਕਮੈਂਟ 'ਤੇ ਲਿਖੋ। ਅਤੇ ਚਲੋ ਚੱਲਦੇ ਹਾਂ ਆਪਣੇ ਬਾਰੇ ਇੰਟਰੋਡਕਸ਼ਨ ਕਰਾਉਣ, ਉਹ ਉੱਤੇ ਮੈਂ ਤੁਹਾਨੂੰ ਜਾ ਕੇ ਦੱਸਾਂਗਾ ਸਾਰਾ ਕੁਛ। ਮੈਂ ਨਾ ਉੱਤੇ ਜਾ ਰਿਹਾ ਵਾਂ, ਮੈਂ ਉੱਤੇ ਜਾ ਕੇ ਤੁਹਾਡੇ ਨਾਲ ਗੱਲ ਕਰਦਾ। ਅਤੇ ਮੈਂ ਉੱਤੇ ਆ ਗਿਆ ਵਾਂ, ਅਤੇ ਜਿੱਦਾਂ ਮੈਂ ਤੁਹਾਨੂੰ ਥੱਲੇ ਕਿਹਾ ਸੀ ਮੈਂ ਨਾ ਆਪਣਾ ਇੰਟਰੋਡਕਸ਼ਨ ਕਰਾਵਾਂਗਾ ਇਸ ਵੀਡੀਓ ਵਿੱਚ, ਅਤੇ ਹੁਣ ਮੈਂ ਤੁਹਾਨੂੰ ਆਪਣਾ ਇੰਟਰੋਡਕਸ਼ਨ ਕਰਾਵਾਂਗਾ। ਮੇਰਾ ਨਾਮ ਤੁਹਾਨੂੰ ਪਤਾ ਹੀ ਹੈ, ਮੇਰੇ ਚੈਨਲ ਦਾ ਨਾਮ ਤੁਹਾਨੂੰ ਪਤਾ ਹੀ ਹੈ, ਹੋਇਆ ਵਾ ਇਹ ਆਰਿਆਨ ਵਲੌਗ, ਅਤੇ ਆਰਿਆਨ ਆ ਜਿਹੜਾ ਚੈਨਲ ਦਾ ਨੇਮ ਪਹਿਲਾ ਲਫਜ਼ ਜਿਹੜਾ ਵਾ ਉਹ ਠੀਕ ਹੈ, ਅਤੇ ਜਿਹੜਾ ਸੈਕਿੰਡ ਹੈ ਨਾ ਉਹ ਗਲਤ ਹੈ। ਅਤੇ ਪੂਰਾ ਮੇਰਾ ਨਾਮ ਹੈ ਆਰਿਆਨ ਅਬਦੁੱਲਾ, ਅਤੇ ਵਲੌਗ ਨੂੰ ਕੱਢ ਕਰਕੇ ਅਗਰ ਅਬਦੁੱਲਾ ਲਿਖਿਆ ਜਾਵੇ ਨਾ ਮੇਰਾ ਪੂਰਾ ਨਾਮ ਆਉਂਦਾ, ਅਤੇ ਮੈਂ ਪੂਰਾ ਨਾਮ ਨਹੀਂ ਲਿਖਿਆ, ਮੈਂ ਚਲੋ ਕਿਹਾ ਆਰਿਆਨ ਵਲੌਗ ਠੀਕ ਹੈ। ਅਤੇ ਅਗਰ ਤੁਸੀਂ ਮੇਰੀ ਸਟੱਡੀ ਦੇ ਬਾਰੇ ਪੁੱਛੋ, ਤਾਲੀਮ ਦੇ ਬਾਰੇ ਪੁੱਛੋ, ਤਾਂ ਉਹ ਆ ਜੀ, ਇਹ ਮੈਂ ਨਾ ਹੈ ਵੈਸੇ 6th 'ਚ ਪੇਪਰ ਹੋ ਰਹੇ ਨੇ ਜੀ, ਸੈਮ ਪੱਕੇ ਪੇਪਰ ਹੋ ਰਹੇ ਨੇ ਠੀਕ ਹੈ, ਅਤੇ 2-3 ਪੇਪਰ ਹੈਗੇ ਨੇ ਫਿਰ ਸਮਝੋ ਅਗਲੀ ਕਲਾਸ 'ਚ, ਉਹ ਦੇ ਕੇ 7th 'ਚ ਚਲ ਜਾਵਾਂਗਾ। ਇੱਕ ਹਿਸਾਬ ਦਾ ਦਰਮਿਆਨ ਜੀ ਫਸਿਆ ਵਾਂ ਠੀਕ ਹੈ, ਅਗਰ ਰਿਜ਼ਲਟ ਆਇਆ ਅਗਰ ਪਾਸ ਹੋ ਗਿਆ ਅੱਗੇ, ਅਗਰ ਨਾ ਆਇਆ ਤਾਂ ਪਿੱਛੇ, ਇਹ ਤੁਹਾਨੂੰ ਪਤਾ ਹੀ ਹੋਏਗਾ ਪੱਕੇ ਪੇਪਰ ਆ ਜਾਣ, ਸਮਝੋ ਜੀ ਦਰਮਿਆਨ 'ਚ ਬੰਦਾ ਫਸ ਜਾਂਦਾ ਵਾ, ਨਾ ਇੱਧਰ ਜਾਊਗਾ ਨਾ ਉੱਧਰ ਜਾਊਗਾ। ਫਿਰ ਨਾ ਹੁਣ ਪੇਪਰ 2-3 ਰਹਿ ਗਏ, ਮੈਂ ਪਾਸ ਹੋਵਾਂਗਾ, ਅਗਰ ਪਾਸ ਹੋਇਆ ਤੁਹਾਡੇ ਨਾਲ ਲਾਜ਼ਮੀ ਸ਼ੇਅਰ ਕਰਾਂਗਾ, ਅਗਰ ਫੇਲ ਵੀ ਆਇਆ ਤਾਂ ਫਿਰ ਵੀ ਲਾਜ਼ਮੀ ਸ਼ੇਅਰ ਕਰਾਂਗਾ। ਅਤੇ ਨਾ ਤੁਸੀਂ ਇਹ ਸੋਚਦੇ ਹੋਵੋਗੇ ਜੀ ਇਹਦਾ ਨਾ ਯੂਟਿਊਬ ਆਉਣ ਦਾ ਮਕਸਦ ਕੀ ਸੀ, ਤੁਸੀਂ ਇਹ ਨਾ ਸਮਝੋ ਕਿ ਲਾਲਚ ਕਰਕੇ ਆ ਭਾਈ, ਮੈਨੂੰ ਵੀ ਮੇਰਾ ਸ਼ੌਕ ਸੀ ਭਾਈ ਲੋਕਾਂ ਦੇ ਸਾਹਮਣੇ ਆਉਣ ਦਾ। ਕਈ ਲੋਕ ਕਹਿੰਦੇ ਨੇ ਬਾਹਰ ਨਹੀਂ ਨਿਕਲਦੇ, ਬਾਹਰ ਨਿਕਲ ਗਏ ਲੋਕਾਂ ਨੂੰ ਹੋ ਆਪਣਾ ਚਿਹਰਾ ਮਸ਼ਹੂਰ ਹੋਵੋ, ਇੱਦਾਂ ਤਾਂ ਨਹੀਂ ਨਾ ਇਹ ਬਾਹਰ ਨਿਕਲ ਜਾਈਏ ਭਾਈ, ਬੱਚੇ ਕਹਿਣ ਇਹ ਕੌਣ ਆ, ਇੱਦਾਂ ਮਸ਼ਹੂਰ ਹੁੰਦਾ ਕੋਈ? ਅਤੇ ਨਾ ਅਗਰ ਮਸ਼ਹੂਰ ਹੋਣ ਦਾ ਤਰੀਕਾ ਹੋਵੇ ਨਾ, ਅਤੇ ਘਰ ਬਹਿ ਕੇ ਬੰਦਾ ਮਸ਼ਹੂਰ ਹੋ ਸਕਦਾ ਵਾ ਠੀਕ ਹੈ। ਅਤੇ ਨਾ ਹੁਣ ਜਿੱਦਾਂ ਕਈ ਲੋਕ ਟਿਕਟੋਕ ਦੀ ਵੀਡੀਓ ਬਣਾਉਂਦੇ ਨੇ, ਫੇਸਬੁੱਕ 'ਚ ਬਣਾਉਂਦੇ ਨੇ ਠੀਕ ਹੈ, ਅਤੇ ਉਹ ਵੀ ਮਸ਼ਹੂਰ ਹੋ ਜਾਂਦੇ ਨੇ ਨਾ ਘਰ ਬਹਿ ਕੇ ਵੀ। ਬਾਹਰ ਅਗਰ ਜਾਣਾ ਵੀ ਹੋਵੇ ਨਾ, ਅਤੇ ਐਂ ਨਾ ਸਮਝਿਓ ਕਿ ਅਸੀਂ ਮਸ਼ਹੂਰ ਹੋ ਜਾਵਾਂਗੇ ਬਾਹਰ ਜਾ ਕੇ, ਹਾਂ ਬਾਹਰ ਜਾ ਕੇ ਕਈ ਲੋਕ ਮਸ਼ਹੂਰ ਹੁੰਦੇ ਨੇ ਕਈ ਲੋਕ, ਲੇਕਿਨ ਘਰ ਬਹਿ ਕੇ ਵੀ ਮਸ਼ਹੂਰੀ ਹੋ ਸਕਦੀ ਹੈ। ਅਤੇ ਮੇਰਾ ਜਿਹੜਾ ਚੈਨਲ ਮੈਂ ਸ਼ੁਰੂ ਕੀਤਾ ਨਾ, ਉਹ ਮੈਂ ਵੇਖ ਕੇ ਸ਼ੁਰੂ ਕੀਤਾ, ਕਈ ਲੋਕ ਮੈਂ ਯੂਟਿਊਬ 'ਤੇ ਵੇਖਦਾ ਹੁੰਦਾ ਸੀ, ਕਈ ਲੋਕ ਵਲੋਗਿੰਗ ਕਰਦੇ ਸੀ, ਉਹ ਕਈ ਲੋਕ ਅਨਬੋਕਸਿੰਗ ਕਰਦੇ ਸੀ, ਮੈਨੂੰ ਵੀ ਸ਼ੌਕ ਪੈ ਗਿਆ ਵਲੋਗਿੰਗ ਕਰਨ ਦਾ, ਮੈਂ ਕਿਹਾ ਚਲੋ ਮਸ਼ਹੂਰ ਹੋਣਾ ਵਾ ਘਰ ਹੀ ਬਹਿ ਕੇ ਹੋ ਜਾਈਏ, ਚੈਨਲ ਸ਼ੁਰੂ ਕਰ ਲਈਏ। ਅਤੇ ਮੈਂ ਚੈਨਲ ਸ਼ੁਰੂ ਕੀਤਾ ਵਾ, ਅਤੇ ਜਿੱਦਾਂ ਮੈਂ ਤੁਹਾਨੂੰ ਵੀਡੀਓ 'ਤੇ ਦੱਸਿਆ ਵੀ ਸੀ, ਜਦੋਂ ਮੈਂ 200 ਵਿਊ ਪੂਰੇ ਹੋਏ ਸੀ, ਮੈਂ ਕਿਹਾ ਸੀ ਇਹ ਕਹਿੰਦੇ ਨੇ ਵਿਊ ਨਹੀਂ ਆਉਂਦੇ, ਮੈਨੂੰ ਵੀ ਪਹਿਲੇ ਇੱਦਾਂ ਹੀ ਲੱਗਿਆ ਸੀ, ਪਰ ਜਦੋਂ ਥੋੜ੍ਹਾ ਜਿਹਾ ਅੱਗੇ ਆਉਣਾ, ਅਜੇ ਪਹਿਲੇ 100 ਹੋਏ ਫਿਰ 200 ਹੋਏ, ਫਿਰ ਮੈਨੂੰ ਲੱਗ ਗਿਆ ਚਲੋ ਅੱਗੇ ਅੱਗੇ ਜਾਣਾ ਹੀ ਆ, ਹੁਣ ਪਿੱਛੇ ਵੀ ਨਹੀਂ ਜਾ ਸਕਦੇ, ਅੱਗੇ ਹੀ ਤੁਰੀ ਹੈ। ਅਤੇ ਵੀਡੀਓ ਵੀ ਅਗਰ ਤੁਹਾਨੂੰ ਪਸੰਦ ਆਉਂਦੀਆਂ ਹੁਣ, ਅਤੇ ਕਮੈਂਟ ਲਾਜ਼ਮੀ ਕਰੀਓ ਕਿਹੜੀ ਕਿਹੜੀ ਤੁਹਾਨੂੰ ਵੀਡੀਓ ਪਸੰਦ ਆਈ ਹੈ, ਅਤੇ ਕਿਹੜੀ ਕਿਹੜੀ ਨਾ ਪਸੰਦ ਆਈ ਹੈ, ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਪਸੰਦ ਤੁਹਾਨੂੰ ਆਵੇ ਇੱਦਾਂ ਦੀ ਕੋਸ਼ਿਸ਼ ਕਰਾਂਗੇ ਕੰਮ। ਅਤੇ ਨਾ ਚਲੋ ਤੁਸੀਂ ਵੀ ਆਪਣੀ ਰਾਏ ਲਾਜ਼ਮੀ ਦੱਸਿਓ, ਤੁਸੀਂ ਕਿਸ ਤਰ੍ਹਾਂ ਮਸ਼ਹੂਰ ਹੋਣਾ ਚਾਹੁੰਦੇ ਹੋ, ਘਰ ਜਾਂ ਬਾਹਰ? ਅਗਰ ਬਾਹਰ ਹੋਵੋਗੇ ਤਾਂ ਮੈਂ ਨਾ ਕੁਛ ਨਹੀਂ ਕਹਾਂਗਾ,
ਤੁਹਾਡੀ ਮਰਜ਼ੀ ਆ ਭਾਈ, ਤੁਸੀਂ ਜਿਹਨੂੰ ਕਹਿੰਦੇ ਨੀ ਸਰਬਰਾ, ਤੁਸੀਂ ਉਹ ਜੋ ਤੁਸੀਂ ਕਰ ਸਕਦੇ ਉਹੀ ਤੁਸੀਂ ਕਰੋਗੇ। ਜਿੱਦਾਂ ਕਿ ਅਸੀਂ ਆਪਣਾ ਚੈਨਲ ਆਪ ਨਹੀਂ ਗਰੋ ਕਰ ਸਕਦੇ, ਤੁਸੀਂ ਸਾਡੀ ਮਦਦ ਕਰੋਗੇ ਤਾਂ ਚੈਨਲ ਗਰੋ ਹੋਏਗਾ, ਨਹੀਂ ਤਾਂ ਨਹੀਂ ਹੋਏਗਾ। ਅਤੇ ਨਾ ਚਲੋ ਅੱਜ ਦੀ ਵੀਡੀਓ ਦਾ ਮੇਰਾ ਇੰਟਰੋਡਕਸ਼ਨ ਹੀ ਸੀ, ਹੋਰ ਕੁਛ ਵੀ ਨਹੀਂ ਸੀ। ਅਤੇ ਚਲੋ ਇਹ ਨਾ ਅਜ਼ਾਨਾਂ ਹੋ ਰਹੀਆਂ ਨੇ, ਠੀਕ ਹੈ, ਅਤੇ ਹੁਣ ਨਮਾਜ਼ ਪੜ੍ਹ ਕੇ ਆਵਾਂਗੇ। ਅੱਜ ਅਸੀਂ ਵੀ ਮੁਸਲਮਾਨ ਹੋ ਜਾਈਏ, ਤੁਸੀਂ ਮੁਸਲਮਾਨ ਹੁੰਦੇ ਅਸੀਂ ਨਹੀਂ ਹੋ ਸਕਦੇ, ਚਲੋ ਅਸੀਂ ਵੀ ਹੋ ਜਾਂਦੇ ਹਾਂ ਅੱਜ ਮੁਸਲਮਾਨ। ਅਤੇ ਚਲੋ ਤੁਸੀਂ ਵੀ ਨਮਾਜ਼ ਪੜ੍ਹ ਲਓ, ਅਸੀਂ ਵੀ ਪੜ੍ਹਦੇ ਹਾਂ। ਅਤੇ ਨਮਾਜ਼ ਤੋਂ ਬਾਅਦ ਕੋਸ਼ਿਸ਼ ਕਰਾਂਗੇ, ਅਗਰ ਮਿਲ ਪਾਏ ਤਾਂ ਮਿਲਾਂਗੇ, ਨਹੀਂ ਤਾਂ ਫਿਰ ਅਗਲੇ ਵਲੋਗ 'ਚ ਮਿਲਾਂਗੇ। ਚਲੋ ਫਿਰ ਇਸੇ ਦੇ ਨਾਲ ਹੀ ਸਾਡੇ ਵਲੋਗ ਦਾ ਐਂਡ ਹੁੰਦਾ, ਅਤੇ ਆਰਿਆਨ ਵਲੋਗ ਨੂੰ ਇਜਾਜ਼ਤ ਦਿਓ, ਅਗਲੇ ਵਲੋਗ 'ਚ ਮਿਲਾਂਗੇ, ਉਦੋਂ ਤੱਕ ਅਲੱਗ।